ਅੱਜ ਹਵਾ ਚੱਲਦੀ ਸੀਗੀ ਘੱਟ ਠੀਕ ਆ ਤੇ ਦੋ ਤਿੰਨ ਪਤੰਗ ਹੀ ਉਡਾਏ ਤੇ ਆਪਾਂ ਹੀ ਜਿੱਤੇ ਆ ਠੀਕ ਆ ਪਤੰਗ ਸਾਰੇ ਆਪਾਂ ਮਤਲਬ ਉਹਨਾਂ ਦੇ ਵੱਡੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਸਾਰੇ ਘੈਂਟ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੋਨੋਕਾਈਟ ਵਰਸਿਸ ਮੋਨੋਫਿਲ ਗੋਲਡ ਨੂੰ ਕੰਪੇਅਰ ਕਰਾਂਗੇ ਠੀਕ ਆ ਦੋਨੇ ਡੋਰਾਂ ਬਾਰੇ ਦੱਸੂਗਾ ਕੀ ਕਹਿ ਜੀਆਂ ਨੇ ਤੇ ਤੁਹਾਨੂੰ ਦੋਨਾਂ ਦਾ ਰਿਵਿਊ ਦਊਂਗਾ ਤੇ ਉਸ ਤੋਂ ਬਾਅਦ ਆਪਾਂ ਦੋ ਤਿੰਨ ਪਤੰਗ ਉਡਾਵਾਂਗੇ ਤੇ ਪਿੱਛੇ ਲਾਵਾਂਗੇ ਦੇਖਦੇ ਕਿਹਦਾ ਕਿਹਦਾ ਵੱਡਿਆ ਜਾਂਦਾ ਇੰਨੀ ਕੁ ਸਿੰਪਲ ਜੀ ਹੋਊਗੀ ਵੀਡੀਓ ਠੀਕ ਆ ਜ਼ਿਆਦਾ ਆਪਾਂ ਲੈਂਥੀ ਨਹੀਂ ਰੱਖਦੇ ਚੈਨਲ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਇਹ ਚੈਨਲ ਨੂੰ ਸਪੋਰਟ ਦੀ ਲੋੜ ਆ ਤੇ ਉਹ ਸਿਰਫ ਤੁਸੀਂ ਦੇ ਸਕਦੇ ਹੋ ਹੋਰ ਕੋਈ ਨਹੀਂ ਦੇ ਸਕਦਾ ਤੇ ਗਾਇਸ ਆਹ ਸੀਗੀ ਇਧਰਲੇ ਹੱਥ ਚ ਮੋਨੋਫਿਲ ਗੋਲਡ ਤੇ ਇਧਰਲੇ ਹੱਥ ਚ ਆਪਣੇ ਕੋਲ ਮੋਨੋਕਾਈਟ ਬਿਲਕੁਲ ਬ੍ਰਾਂਡ ਨਿਊ ਆ ਦੇਖੋ ਸਟੈਂਪ ਲੱਗੀ ਹੋਈ ਹੈ ਤੇ ਥੋੜੀ ਜਿਹੀ ਸਟੈਂਪ ਇੱਥੇ ਵੀ ਲੱਗੀ ਹੋਈ ਬਿਲਕੁਲ ਓਰੀਜਨਲ ਆ ਤੇ ਗੋਲਡ ਦੀ ਜਿਹੜੀ ਓਰੀਜਨਲ ਦੀ ਨਿਸ਼ਾਨੀ ਹੁੰਦੀ ਆ ਇਹਦੀ ਗੋਲਡਨ ਪੱਟੀ ਜਿਹੜੀ ਤੁਹਾਨੂੰ ਹਰੇਕ ਗੋਲਡ ਦੇ ਉੱਤੇ ਮਿਲੂਗੀ ਠੀਕ ਆ ਤੇ ਚਲੋ ਹੁਣ ਆਪਾਂ ਇਹਨੂੰ ਕੰਪੇਅਰ ਕਰਦੇ ਆ ਮੈਂ ਥੱਲੇ ਰੱਖਦਾ ਫੋਨ ਚੰਗੀ ਤਰ੍ਹਾਂ ਤੁਹਾਨੂੰ ਰਿਵਿਊ ਕਰਕੇ ਦਿਖਾਉਣਾ ਕਿ ਦੋਨੇ ਡੋਰਾਂ ਦੇ ਵਿੱਚ ਡਿਫਰੈਂਸ ਕੀ ਆ ਪ੍ਰਾਈਸ ਦਾ ਕੀ ਡਿਫਰੈਂਸ ਆ ਤੇ ਆਪਾਂ ਗੋਲਡ ਨੂੰ ਵਧੀਆ ਕਿਉਂ ਕਹਿੰਦੇ ਆ ਇਹ ਤੁਹਾਨੂੰ ਦੱਸੂਗਾ ਜੀ ਇਹ ਵੀਡੀਓ ਦੇ ਵਿੱਚ ਕਿ ਗੋਲਡ ਨੂੰ ਸਾਰੇ ਜਣੇ ਵਧੀਆ ਕਿਉਂ ਕਹਿੰਦੇ ਨੇ ਲੋ ਜੀ ਤੇ ਇਹ ਹੈਗੀ ਆਪਣੇ ਕੋਲ ਗੋਲਡ ਇਹ ਮੋਨੋਕਾਈਟ ਪਹਿਲਾਂ ਆਪਾਂ ਮੋਨੋਕਾਈਟ ਦੀ ਗੱਲ ਕਰਦੇ ਆ ਆ ਦੇਖੋ ਜੀ ਡੋਰ ਇੱਕ ਵਾਰੀ ਡੋਰ ਚੈੱਕ ਕਰੋ ਦੇਖੋ ਕਿੰਨੀ ਬਰੀਕ ਆ ਠੀਕ ਆ ਕਾਂਚੇ ਤੇ ਬਿਲਕੁਲ ਬਰੀਕ ਲੱਗਿਆ ਦੇਖੋ ਹੈ ਮਤਲਬ ਕਿ ਨਾ ਦੇ ਬਰਾਬਰ ਕਾਂਚ ਲੱਗਿਆ ਹੋਇਆ ਬਟ ਹੈਗੀ ਤਿੱਖੀ ਬਹੁਤ ਆ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਗੋਲਡ ਦੀ ਆ ਦੇਖੋ ਜੀ ਗੋਲਡ ਖਾਸ ਹੀ ਮੋਟੀ ਡੋਰ ਆ ਤੇ ਇਹ ਹੈਗੀ ਆ ਮਤਲਬ ਵੱਡੇ ਪਤੰਗਾਂ ਲਈ ਬਟ ਜਿਹੜੀ ਆਹ ਮੋਨੋਕਾਈਟ ਆ ਇਹ ਛੋਟੇ ਪਤੰਗਾਂ ਲਈ ਹੁੰਦੀ ਆ ਜਿਹੜੇ ਕਿ 5 10 ਮਤਲਬ ਇਹ ਡੋਰ ਨਾਲ ਜਿੰਨੇ ਕੁ ਮਰਜ਼ੀ ਵੱਡੇ ਪਤੰਗ ਚੜਾ ਸਕਦੇ ਆ ਇਹਨਾਂ ਕੋਈ ਚੱਕਰ ਨਹੀਂ ਹੁੰਦਾ ਹੁਣ ਜੇ ਜਾਣਨਾ ਚਾਹੁੰਦੇ ਹੋ ਦੋਨਾਂ ਦੇ ਪ੍ਰਾਈਸ ਦਾ ਡਿਫਰੈਂਸ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਜਿਹੜੀ ਗੋਲਡ ਆ ਉਹ ਹੁੰਦੀ ਆ ਸਸਤੀ ਮੋਨੋਕਾਈਟ ਨਾਲੋਂ ਤਾਂ ਜੀ ਡੋਰ ਦਾ ਹਿਸਾਬ ਹੁੰਦਾ ਵਾ ਠੀਕ ਆ ਉਹ ਮਤਲਬ ਕੋਈ ਚੱਕਰ ਨਹੀਂ ਹੈਗਾ ਜਿਹੜੀ ਤੁਹਾਡੇ ਕੋਲ ਜਿਹੜੀ ਮਰਜ਼ੀ ਹੋਵੇ ਚਾਹੇ ਮੋਨੋਫਿਲ ਹੋਵੇ ਗੋਲਡ ਹੋਵੇ ਚਾਹੇ ਕਾਈਟ ਹੋਵੇ ਜਿਹੜੀ ਮਰਜ਼ੀ ਹੋਵੇ ਕੰਚ ਲੱਗਿਆ ਹੋਣਾ ਚਾਹੀਦਾ ਤੇ ਡੋਰ ਦਾ ਹਿਸਾਬ ਨਾਲ ਪੇਚਾ ਲਾਣਾ ਚਾਹੀਦਾ ਸਿਰਫ ਇੰਨੀ ਗੱਲ ਹੁੰਦੀ ਆ ਬਾਕੀ ਕੋਈ ਵੀ ਬੰਦਾ ਪੇਚਾ ਲਾ ਸਕਦਾ ਚਾਹੇ ਬੱਚਾ ਛੋਟਾ ਵੱਡਾ ਜਿਹੜਾ ਮਰਜ਼ੀ ਹੋਵੇ ਪੇਚੇ ਦਾ ਹਿਸਾਬ ਹੁੰਦਾ ਕਿਉਂ ਆਪਾਂ ਪੇਚਾ ਦਿਖਾਉਣਾ ਠੀਕ ਆ ਦੋ ਤਿੰਨ ਪਤੰਗ ਹੀ ਉਡਾਵਾਂਗੇ ਤੇ ਉਹਨਾਂ ਨੂੰ ਅੱਗੇ ਕਰ ਲਓ ਬਾਈ ਬਾਈ ਹੁਣ ਆਪਾਂ ਕਾਈਟਨ ਬਾਕਸ ਕਰਕੇ ਫਿਰ ਇਹਦੇ ਨਾਲ ਪਤੰਗ ਚੜਾ ਕੇ ਦੇਖਦੇ ਆ ਫਿਰ ਉਹਨਾਂ ਦਾ ਵੱਡਾਂਗੇ ਆ ਦੇਖੋ ਕਰੋ ਕਰੋ ਆ ਸੀਗੀ ਆਪਣੀ ਮੋਨੋਕਾਈਟ ਜਿਹੜੀ ਕਿ ਅਨਬਾਕਸ ਕਰ ਚੁੱਕੇ ਆ ਡੋਰ ਇੱਕ ਵਾਰੀ ਚੈੱਕ ਕਰੋ ਯਾਰ ਕੰਚ ਨੇਰਾ ਹੀ ਕੰਚ ਆ ਤੇ ਚਲੋ ਹੁਣ ਇਹਨੂੰ ਦਿੰਦੇ ਆ ਦੇਖਦੇ ਆ ਕੀ ਰੰਗ ਲਾਉਂਦਾ ਇਹਨਾਂ ਚਲੋ ਮੈਂ ਤੇ ਲੰਮਾ ਲਾਉਂ ਪਹਿਲਾਂ ਵੀ ਹੁਣ ਆਪਾਂ ਦੇਖਦੇ ਆ ਕਿਹਦਾ ਵੱਡਿਆ ਜਾਂਦਾ ਚਲ ਵੀ ਲਾ ਦਿੱਤਾ ਖਿੱਟ 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 ਚਲੋ ਚਲੋ ਜਿਆਦਾ ਕੁਝ ਨਹੀਂ ਬਸ ਇਹਦੀ ਸ਼ਕਲ ਦੇਖੋ ਇੱਕ ਵਾਰੀ ਬਸ ਬਹੁਤ ਲੋ ਜੀ ਉਹਨਾਂ ਨੇ ਕਰ ਲਈ ਕਾਈਟ ਅਨਬਾਕਸ ਠੀਕ ਆ ਤੇ ਉਹਦੇ ਕੋਲ ਹੈਗੀ ਹੁਣ ਕਾਈਟ ਮੇਰੇ ਕੋਲ ਹੈਗੀ ਹੈ ਗੋਲਡ ਤੇ ਦੇਖਦੇ ਹਾਂ ਹੁਣ ਕਿਹੜੀ ਜ਼ਿਆਦਾ ਘੈਂਟ ਆ ਡੋਰ ਠੀਕ ਆ ਕਾਈਟ ਦੇ ਉਹ ਦੇਖ ਕੇ ਦੇਖਦੇ ਹਾਂ ਸਭ ਤੋਂ ਜ਼ਿਆਦਾ ਕਿਹੜੀ ਘੈਂਟ ਡੋਰ ਆ ਕਿਹਦੇ 'ਚ ਕੰਚ ਜ਼ਿਆਦਾ ਲੱਗਿਆ ਹੋਇਆ ਕੌਣ ਕਿੰਨੇ ਕੁ ਵੱਢਦੀ ਆ ਪਤੰਗ ਫਾਈਨਲੀ ਕਾਫੀ ਟਾਈਮ ਤੋਂ ਬਾਅਦ ਨਾ ਹਵਾ ਚੱਲੀ ਸੀਗੀ ਠੀਕ ਆ ਹੁਣ ਆਪਾਂ ਪੇਚਾ ਲਾਉਣ ਲੱਗੇ ਦੇਖੋ ਕਿਵੇਂ ਹੱਸ ਰਿਹਾ ਕਹਿੰਦੇ ਚਲੋ ਪੇਚਾ ਲਾਈਏ ਯਾਰ ਸੀਗਾ ਆਪਣਾ ਪਤੰਗ ਉਹ ਸੀਗਾ ਉਹਦਾ ਪਤੰਗ ਚੱਲ ਲਾ 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 ਫੜੀ 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 ਫੋਨ ਫੜ ਚੱਲ 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 ਆਪਣੀਆਂ ਵੜਤਾ 3-2 ਪੁਆਇੰਟ ਹੋ ਗਏ ਸੀਗੇ ਹਾਂ 3-2 ਹੋ ਗਏ ਚੌਥਾ ਵਿੱਚ ਆਪਣਾ ਹੂੰ ਜੀ ਪੇਚਾ ਪੈ ਚੁੱਕਿਆ ਚੱਲ ਚੱਲ ਦੁਬਾਰਾ ਜੀ ਬਟਨ ਆਪਾਂ 4 ਤੇ ਉਹਨਾਂ ਦੇ 2 ਪੁਆਇੰਟ ਵੈਸੇ ਤੁਹਾਨੂੰ ਨਾ ਇਹ ਕੋਈ ਕਾਈਟ ਫਾਈਟ ਨਹੀਂ ਹੈਗੀ ਤੇ ਮੇਰਾ ਟੌਪਿਕ ਮਤਲਬ ਇਹ ਆ ਕਿ ਮੋਨੋਕਾਈਟ ਵਰਸਿਸ ਗੋਲਡ ਆ ਕਿਉਂਕਿ ਆ ਦੇਖੋ ਮੇਰੇ ਕੋਲ ਗੋਲਡ ਪਈ ਆ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਆ ਤੂੰ ਲਾਵੇਂਗਾ ਇਹ ਜਵਾਕ ਤੂੰ ਲਵਾਵੇਂਗਾ ਬਸ ਠੀਕ ਆ ਇਸ ਤੋਂ ਅਗਲਾ ਵਲੌਗ ਆਪਣਾ ਹੋਊਗਾ ਜੀ ਮੋਨੋਕਾਈਟ ਅਨਬਾਕਸਿੰਗ ਦਾ ਤੇ ਛੇਤੀ ਤੋਂ ਛੇਤੀ ਇਹ ਤੇ ਜਾ ਕੇ ਨਾ 500 ਲਾਈਕ ਕਰ ਦਿਓ ਠੀਕ ਆ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਵਲੌਗ ਪਾਵਾਂਗੇ ਮੋਨੋਕਾਈਟ ਦਾ ਤੇ ਹੁਣ ਵੀਡੀਓ ਨੂੰ ਇੰਜੋਏ ਕਰੋ ਤੇ ਜੇ ਕੋਈ ਵੀ ਕਮੀ ਪੇਸ਼ੀ ਲੱਗ ਰਹੀ ਹੈ ਜਾ ਕੇ ਨਾ ਕਮੈਂਟ ਕਰ ਦਿਓ ਕਿਉਂਕਿ ਫਿਰ ਮੈਨੂੰ ਇਹ ਪਤਾ ਨਹੀਂ ਚੱਲਦਾ ਹੈਗਾ ਨਵਾਂ ਚੈਨਲ ਆ ਕਈ ਵਾਰ ਕੁਛ ਨਹੀਂ ਲਾਉਂਦੇ ਨਵਾਂ ਚੈਨਲ ਆ ਕਈ ਵਾਰ ਪਤਾ ਨਹੀਂ ਚੱਲਦਾ ਨਾ ਕੁਛ ਰਹਿ ਜਾਂਦਾ ਜਾਂ ਕੁਛ ਚੀਜ਼ ਰਹਿ ਜਾਂਦੀ ਆ ਤਾਂ ਮੈਨੂੰ ਜਾ ਕੇ ਕਮੈਂਟ ਕਰ ਦਿਓ ਲੋ ਬਾਈ ਆਰਾਮ ਨਾਲ ਹੈਲੋ ਆਰਾਮ ਨਾਲ ਹੈਲੋ ਜਵਾਕਾਂ ਨਾਲ ਲੜੋ ਨਾ ਬਾਈ ਥੱਲੇ ਲੈ ਜਾ ਥੱਲੇ ਲੈ ਜਾ ਇਹਨੂੰ ਹਾਂ ਉਹ ਵੀਰੇ ਇੰਨਾ ਹੰਬਦਾ ਕਿਉਂ ਆ ਤੇ ਹਾਂ 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 ਲੈ ਜਾ ਉੱਧਰ ਨੂੰ ਤੇਰਾ ਉਹਦਾ ਪਤੰਗ ਉੱਤੇ ਹੋਣਾ ਚਾਹੀਦਾ ਸਮਝਿਆ ਹਾਂ 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 ਚੱਲ 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 ਹਾਂ ਹਾਂ ਲੈ ਜਾ ਬਸ ਖਿੱਚੀ ਨਾ ਰੱਖ ਦੇ ਲੈ ਜਾ ਨਹੀਂ ਨਹੀਂ ਖਿੱਚਣਾ ਨਹੀਂ ਹੈਗਾ ਗੁਰੂ ਸਰ ਜਾਣ ਦੇ ਦੇਖੋ ਉਹਨਾਂ ਦਾ ਤੰਗ ਉਹ ਲਮਕ ਗਿਆ ਜੀ ਡੁੱਬ ਗਿਆ ਲਮਕੀ ਆਣ ਦੇ ਕੋਈ ਗੱਲ ਨਹੀਂ ਲਮਕੀ ਆਣ ਦੇ
ਤੀਜਾ ਪੇਚ ਲੱਗੂਗਾ ਠੀਕ ਆ ਦੇਖਦੇ ਕਿਹਦਾ ਵੱਡਾ ਜਾਂਦਾ ਕਿਹਦਾ ਨਹੀਂ ਹੋ ਜੀ ਓਪਨਿੰਗ ਹੈ ਉਹਨਾਂ ਦਾ ਆਪਣਾ ਓਕੇ ਆ ਗਿਆ ਚਲੋ ਓਏ ਚਲੋ ਓਏ ਆਪਣ ਦਾ ਖਾ ਲਿਓ ਤੁਸੀਂ जो बंद हार यही गल आदि ने चल शेयर कर दो यार बद तो बद क्योंकि ये चैनल सपोर्ट की लड़ा तो सिर्फ तुम दे सकते हो और कोई नहीं दे सकता तो बद तो बद शेयर कर दो ठीक है फिर वधिया वधिया एक्साइटिंग ब्लॉग्स आएंगे तो आई जाएंगे ये टॉपिक तो कुछ खास नहीं होंगे अनबॉक्सिंग रिव्यू प्लस काइट फ्लाइंग होंगी है और कुछ नहीं होंगे है ठीक है हम मिलते हैं अगली वीडियो के जाके चैनल बद तो बद शेयर कर दो वीडियो वधिया लगी तो लाइक कर दो Till then, bye.